ਸੱਚੀ ਗੱਲ ਦੋਸਤੋ ਇੱਕ ਬੜੀ ਕਮਾਲ ਦੀ ਚੀਜ਼ ਦੇਖਣ ਨੂੰ ਮਿਲੀ ਇੰਨੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਇੰਨੇ ਵੱਡੇ-ਵੱਡੇ ਸ਼ੋਅਰੂਮਾਂ ਦੀਆਂ ਚੈਨਾਂ ਚਲਦੀਆਂ ਨੇ ਮੈਂ ਗੱਲ ਕਰ ਰਿਹਾ ਖਾਣ-ਪੀਣ ਤੋਂ ਲੈ ਕੇ ਚੀਜ਼ ਖਰੀਦਣ ਤੋਂ ਲੈ ਕੇ ਪਰ ਉਹਨਾਂ ਦੇ ਵਿੱਚ ਹੀ ਜੇ ਦੇਖਿਆ ਜਾਵੇ ਆ ਜਿਹੜੀ ਦੁਕਾਨ ਦੀ ਮੈਂ ਵਿਜ਼ੂਅਲ ਨਾਲ ਚਲਾ ਰਿਹਾ ਬੜੀ ਖੁਸ਼ੀ ਹੋਈ ਇਸ ਸੀਨ ਨੂੰ ਦੇਖ ਕੇ ਤੇ ਬੜੀ ਕਮਾਲ ਦੀ ਗੱਲ ਹੈ ਇਹ ਉਹਨਾਂ ਠੱਗਾਂ ਚੋਰਾਂ ਤੇ ਉਹਨਾਂ ਦੇ ਵਾਸਤੇ ਇਹ ਵੀਡੀਓ ਮੈਂ ਦਿਖਾ ਰਿਹਾ ਤੇ ਖਾਸ ਤੌਰ ਤੇ ਜਿਨ੍ਹਾਂ ਨੇ ਬੇਈਮਾਨੀ ਦਾ ਹੀ ਲੱਕ ਬੰਨਿਆ ਹੋਇਆ ਹੈ ਕਿ ਤੁਸੀਂ ਜਿੰਨੀ ਮਰਜ਼ੀ ਮਸ਼ਹੂਰੀ ਕਰ ਲਓ ਤੁਸੀਂ ਜਿੰਨਾ ਮਰਜ਼ੀ ਪ੍ਰਚਾਰ ਕਰ ਲਓ ਜਦੋਂ ਤੱਕਰ ਤੁਹਾਡੀ ਚੀਜ਼ ਦੀ ਕੁਆਲਿਟੀ ਨਹੀਂ ਹੈਗੀ ਤੁਹਾਨੂੰ ਕੋਈ ਪਸੰਦ ਨਹੀਂ ਕਰੂਗਾ ਤੁਸੀਂ ਵੀ رائے ਸਾਂਝੀ ਕਰਿਓ ਆਪਦੀ ਨਾਲ ਨਾਲ ਕੀ ਮੈਂ ਗੱਲ ਸਹੀ ਕਹਿ ਰਿਹਾ ਜਾਂ ਫਿਰ ਨਹੀਂ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਜਿਹੜਾ ਸ਼ੋਰੂਮ ਹੈ ਇਹ ਸ਼ੋਰੂਮ ਹੈਗਾ ਬੁੜੇਲ ਜੇਲ੍ਹ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਉੱਥੇ ਲੱਕੜ ਦੇ ਸਮਾਨ ਤੋਂ ਲੈ ਕੇ ਡੈਕੋਰੇਸ਼ਨ ਦੇ ਸਮਾਨ ਤੋਂ ਲੈ ਕੇ ਉਹਨਾਂ ਦੇ ਵਿੱਚ ਹੀ ਬਣਦੀਆਂ ਨੇ ਮਠਿਆਈਆਂ ਇਹ ਇਕੱਲੇ ਸੀਜ਼ਨ ਦੀ ਗੱਲ ਨਹੀਂ ਬਲਕਿ ਜਿਵੇਂ ਇਹ ਤਿਉਹਾਰਾਂ ਦੇ ਸੀਜ਼ਨ ਦੀ ਗੱਲ ਨਹੀਂ ਆਮ ਦਿਨਾਂ ਦੇ ਵਿੱਚ ਵੀ ਜਿਹੜਾ ਉੱਥੇ ਮਟੀਰੀਅਲ ਬੰਦ ਹੈ ਖੋਏ ਤੋਂ ਲੈ ਕੇ ਬਾਕੀ ਆਮ ਮਿਠਾਈਆਂ ਤੋਂ ਲੈ ਕੇ ਥਾਰੇ ਤਰ੍ਹਾਂ ਦੀ तकरीबन तकरीबन ਉੱਥੇ ਸਾਰੇ ਤਰ੍ਹਾਂ ਦੀਆਂ ਮਿਠਾਈਆਂ ਹੈਗੀਆਂ ਨੇ ਗਿਆ ਮੈਂ ਉੱਥੇ ਤਿੰਨ ਤੋਂ ਚਾਰ ਵਾਰ ਗਿਆ ਕਾਊਂਟਰ ਖਾਲੀ ਦਾ ਖਾਲੀ ਮਿਲਿਆ ਉਹ ਹੱਸਣ ਲੱਗੇ ਚੌਥੀ ਗੁਵਾਰ ਤਾਂ ਜਿਹੜੇ ਕਾਊਂਟਰ ਤੇ ਖੜੇ ਹੁੰਦੇ ਨੇ ਵੀਰ ਉਹ ਕਹਿੰਦੇ ਭਾਜੀ ਤੁਸੀਂ ਜਦੋਂ ਵੀ ਉਹਨੇ ਖਾਲੀ तकरीबन ਇਹ ਹੋ ਰਿਹਾ ਕਹਿੰਦੇ ਗੱਲ ਇਹ ਹੈ ਵੀ ਅਡਵਾਂਸ ਬੁਕਿੰਗ ਬਹੁਤ ਜ਼ਿਆਦਾ ਚੱਲ ਰਹੀ ਹੈ ਕਹਿੰਦੇ ਜਦੋਂ ਵੀ ਕੋਈ ਜਦੋਂ ਵੀ ਸਾਡਾ ਲੋਟ ਆਉਂਦਾ ਨਾਲ ਦੀ ਨਾਲ ਲੈਣ ਵਾਲੇ ਖੜੇ ਹੁੰਦੇ ਨੇ ਲੈ ਕੇ ਚੱਲ ਜਾਂਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਹੁਣ ਗੱਲ ਇਹ ਹੈ ਕਿ ਆਮ ਧਰਮਾਤਮਾ ਲੋਕਾਂ ਨੂੰ ਛੱਡ ਕੇ ਕੈਦੀਆਂ ਦੇ ਬਣਿਆ ਦੇ ਸਮਾਨ ਦੇ ਉੱਤੇ ਹੀ ਲੋਕਾਂ ਦਾ ਇੰਨਾ ਭਰੋਸਾ ਕਿਉਂ ਸਵਾਲ ਇਹ ਹੈਗਾ ਇਹ ਸਵਾਲ ਇਸ ਕਰਕੇ ਹੈਗਾ ਕਿ ਕੈਦੀਆਂ ਦੀ ਬਣੀਆਂ ਚੀਜ਼ਾਂ ਤੇ ਤੁਹਾਨੂੰ ਭਰੋਸਾ ਹੈ ਜਿਹੜੇ ਆਮ ਲੋਕ ਆਪਣੇ ਨੇਗੇ ਉਹਨਾਂ ਤੇ ਓਡਾ ਭਰੋਸਾ ਕਰਨਾ ਔਖਾ ਹੈਗਾ ਇਹ ਗੱਲ ਨੂੰ ਮੈਂ ਵੀ ਵਾਜ਼ੀ ਮੰਦਾ ਤੁਸੀਂ ਕਦੇ ਵੀ ਦੇਖੋਗੇ ਮਾਰਕਫੈਟ ਦੀ ਗੱਲ ਇਹ ਗੱਲ ਕਰ ਲਈ ਪੰਜਾਬ ਐਗਰੋ ਦੀ ਕਰ ਲਈਏ ਭਾਵੇਂ ਕੋਈ ਕਿਣ ਮੀਣ ਹੋਵੇ ਪਰ ਇਹ ਹੁੰਦੀ ਨਹੀਂ ਯਾਰ ਪਰ ਜੇ ਹੋਵੇ ਵੀ ਲੋਕ ਉਹਨਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਨੇ ਕਿਉਂਕਿ ਇੱਥੇ ਕੋਈ ਲਾਲਚ ਮੁਨਾਫਾ ਖਾਣ ਵਾਲਾ ਤਾਂ ਕੋਈ ਬੈਠਾ ਨਹੀਂ ਹੈਗਾ ਉਹ ਸਰਕਾਰੀ ਸਿਸਟਮ ਹੈ ਜਿੰਨੀ ਦੀ ਚੀਜ਼ ਆਉਂਦੀ ਹੈ ਉਸ ਹਿਸਾਬ ਨਾਲ ਥੋੜਾ ਬਹੁਤਾ ਮੁਨਾਫਾ ਰੱਖ ਕੇ ਡਿਪਾਰਟਮੈਂਟ ਦੇ ਕਿਉਂਕਿ ਖਰਚੇ ਵੀ ਚਲਾਉਣੇ ਨੇਗੇ ਉਦੋਂ ਬਾਅਦ ਜੋ ਚੀਜ਼ ਦੇ ਦਦ ਦੇਣਗੇ ਇੱਥੋਂ ਤੱਕ ਮੇਰੇ ਯਾਦ ਹੈ ਕਿਰਾ ਸੁਖਜਿੰਦਰ ਰੰਧਾਵਾ ਇਹ ਗੱਲ ਕਹਿੰਦੇ ਸੀਗੇ ਕਹਿੰਦੇ ਚੰਗੇ ਚੰਗਿਆਂ ਦੇ ਜਿਹੜੇ ਹਣੀ ਨੇ ਯਾਨੀ ਕਿ ਸ਼ਹਿਦ ਹੈਗਾ ਉਹ ਵੀ ਫੇਲ ਹੋ ਗਏ ਪਰ ਅ ਮਾਰਕ ਫੈਡ ਦਾ ਜਿਹੜਾ ਸ਼ਹਿਦ ਹੈ ਉਹ ਟੌਪ ਦਾ ਪਾਇਆ ਗਿਆ ਸੀਗਾ ਇਹੀ ਚੀਜ਼ ਇਹ ਦੁਕਾਨ ਦੀ ਵੀ ਹੈ ਵੀ ਇਹ ਸਮਾਨਤਾ ਇੱਥੇ ਵੀ ਉਹੀ ਲੋਕ ਲੋਕ ਹੀ ਬਣਾਉਂਦੇ ਨੇ ਕੋਈ ਹੋਰ ਨਹੀਂ ਬਣਾਉਂਦਾ ਪਰ ਇੱਥੇ ਮੁਨਾਫਾ ਖੋਰੀ ਨਹੀਂ ਹੈਗੀ ਮੁਨਾਫਾ ਰੱਖੋ ਕੋਈ ਦੋਰਾਏ ਨਹੀਂ ਹੈਗੀ ਪਰ ਗੱਲ ਇਹ ਹੈ ਵਾਜਿਬ ਰੇਟ ਤੇ ਮੁਨਾਫੇ ਦੇ ਨਾਲ ਜੇ ਰੱਖ ਕੇ ਤੁਸੀਂ ਇਮਾਨਦਾਰੀ ਨਾਲ ਚੀਜ਼ ਵੇਚੋ ਤੁਹਾਨੂੰ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਪੈਂਦੀ। ਐਦੀ ਦੁਕਾਨ ਦੀ ਕੋਈ ਸਾਰਾ ਸਾਲ ਐਡਵਰਟਾਈਜ਼ਮੈਂਟ ਨਹੀਂ ਹੁੰਦੀ। ਅਸੀਂ ਪੱਤਰਕਾਰ ਲੋਕ ਵੀ ਆਹ ਸੀਜ਼ਨ ਦੇ ਦੌਰਾਨ ਚੱਲ ਜਾਂਦੇ ਆ ਕਿ ਕੀ ਦਿਖਾਈਏ ਲੋਕਾਂ ਨੂੰ ਕਿ ਦੇਖੋ ਜੀ ਇਹ ਇਹਨਾਂ ਦਾ ਬਣਿਆ ਹੋਇਆ ਹੈ। ਸਿਰਫ ਉਸੇ ਸਮੇਂ ਦੇ ਦੌਰਾਨ ਜ਼ਰੂਰ ਲੋਕ ਦੇਖ ਲੈਂਦੇ ਹੋਣੇ ਉਹ ਵੀ ਕਿੰਨੇ ਕੁ। ਪਰ ਗੱਲ ਇਹ ਵੀ ਬਿਨਾਂ ਦੇਖੇ ਬਿਨਾਂ ਉਹ ਕਰੇ ਜਿਹੜੇ ਲੋਕਾਂ ਨੂੰ ਪਤਾ ਹੈ ਐਡਵਾਂਸ ਬੁਕਿੰਗਾਂ ਅਰ ਰਾਜਪਵੰਤੋਂ ਲੈ ਕੇ ਜੇ ਕਿਹਾ ਜਾਵੇ ਵੀਵੀਆਈਪੀਜ਼ ਦੇ ਤੱਕ ਇਹ ਮਿਠਾਈ ਜਾਂਦੀ ਹੈ ਕੈਦੀਆਂ ਦੀ ਬਣੀ ਹੋਈ ਤੇ ਇਹਨਾਂ ਤੇ ਰੱਬ ਵਰਗਾ ਭਰੋਸਾ ਹੈ ਲੋਕਾਂ ਨੂੰ ਕੀ ਚੀਜ਼ ਮਾੜੀ ਨਹੀਂ ਹੋਊਗੀ ਕਿਉਂ ਇਹ ਜਿਹੜਾ ਭਰੋਸਾ ਹੈ ਇਹ ਤਾਂ ਕੋਈ ਆਪਦੇ ਆਪ ਨਹੀਂ ਆਇਆ ਇਹਨਾਂ ਨੇ ਬਣਾਇਆ ਚੰਗਾ ਸਮਾਨ ਬਣਾ ਕੇ ਬਣਾਇਆ ਇਸ ਕਰਕੇ ਮਿੱਤਰੋ ਜਿਹੜੀ ਚੀਜ਼ ਅਸੀਂ ਬਣਾਉਣੇ ਕਰਦੇ ਆਂ ਨਾ ਅਸੀਂ ਸ਼ਰਮ ਰਹਾਇਆ ਕਰੀਏ ਨਾ ਅਸੀਂ ਇਨਸਾਨੀਅਤ ਨੂੰ ਮਾਰਿਆ ਕਰੀਏ ਖਾਣ ਪੀਣ ਦੀ ਚੀਜ਼ਾਂ ਦੇ ਵਿੱਚ ਬੇਈਮਾਨੀ ਇਸ ਹੱਦ ਤੱਕ ਨਾ ਕਰਿਆ ਕਰੋ ਕਿ ਕੋਈ ਚੀਜ਼ ਉਹ ਮਾੜੀ ਹੋਵੇ ਨਹੀਂ ਤਾਂ ਫਿਰ ਲੋਕ ਜਦੋਂ ਇਸ ਤਰ੍ਹਾਂ ਦੇ ਪਾਸੇ ਨੂੰ ਬਦਲਾਅ ਹੋਣ ਲੱਗ ਜਾਂਦਾ ਨਾ ਤਾਂ ਫਿਰ ਆਮ ਤੌਰ ਤੇ ਤਾਂ ਮੈਂ ਤਾਂ ਖੁਦ ਕਹਿਣਾ ਹੁੰਦਾ ਵੀ ਮਠਿਆਈਆਂ ਨਾਲੋਂ ਚੰਗਾ ਤੁਸੀਂ ਡਰਾਈ ਫਰੂਟਸ ਕਰਨੀ ਵੇਰ ਜਾਓ ਖੈਰ ਉਹਨਾਂ 'ਚ ਵੀ ਹੁੰਦਾ ਬਹੁਤ ਖੁਸ਼ਾਈ ਜਾਂਦਾ ਪਰ ਗੱਲ ਫਿਰ ਵੀ ਇਹ ਹੈ ਵੀ ਇਮਾਨਦਾਰੀ ਨਾਲ ਕੰਮ ਕਰੀਏ ਸਾਨੂੰ ਤਾਂ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਨੇ ਇਹ ਉਦਾਹਰਨ ਹੈ ਉਹਦੀ ਜਿੰਦਗੀ ਜਾਗਦੀ ਜਿਹੜੀ ਆ ਤਸਵੀਰ ਹੈਗੀ ਨਾਲ